ਗੁਰੂ ਤੇਰਾ ਹੀ ਆਸਰਾ। ਭਾਈ ਗੁਰਦੀਪ ਇਨਸਾਨ ਡੱਬ ਵਾਲੀ, ਭਾਈ ਆਪ ਜੀ ਨੇ ਕਵਿਤਾ ਬਣਵਾਈ ਆ ਜੀ। ਇੱਕ ਦਿਨ ਸੀ ਬੈਠੇ ਬੈਠੇ ਦੇ, ਮੇਰੇ ਦਿਲ ਵਿੱਚ ਆਈ ਗੁਫਾ ਦੇ ਅੰਦਰ ਜਾਣ ਦੀ ਮੈਂ ਵਿਉਂਤ ਬਣਾਈ। ਮੈਂ ਗੁਫਾ ਵੱਲ ਨੂੰ ਚੱਲ ਪਿਆ, ਕਰ ਕਰੜਾ ਜੇਰਾ ਮੈਨੂੰ ਰਸਤੇ ਦੇ ਵਿੱਚ ਰੋਕਿਆ, ਸੇਵਾਦਾਰਾਂ ਬਥੇਰਾ। ਮੈਂ ਸੁਣੀ ਕਿਸੇ ਦੀ ਇੱਕ ਨਾ ਤੇ ਜਾਵਾਂ ਭੱਜਿਆ, ਭੀੜ ਦੇ ਵਿੱਚੋਂ ਲੰਘ ਕੇ ਮੂਹਰੇ ਜਾ ਵੱਜਿਆ। ਮੈਂ ਅੱਗੇ ਲੰਘਿਆ ਮਾਰ ਕੇ ਕਈਆਂ ਨੂੰ ਧੱਕੇ, ਫਿਰ ਪਵਨ ਖਾਨ ਜੀ ਹੋਰਾਂ ਦੇ ਜਾ ਲੱਗਿਆ ਮੱਥੇ। ਮੈਂ ਅੱਗੇ ਲੰਘਿਆ ਮਾਰ ਕੇ ਕਈਆਂ ਨੂੰ ਧੱਕੇ, ਫਿਰ ਬਬਲੂ ਅਤੇ ਰਕੇਸ਼ ਦੇ ਜਾ ਲੱਗਿਆ ਮੱਥੇ। ਬਬਲੂ ਜੀ ਨੇ ਪੁੱਛਿਆ, ਫੜ ਮੋਢਾ ਮੇਰਾ, ਕੌਣ ਸਾ ਤੇਰਾ ਗਾਮ ਹੈ, ਕਿਆ ਨਾਮ ਹੈ ਤੇਰਾ, ਸਾਹ ਤੇਰੇ ਮੇਂ ਢਾਈ ਹੈ, ਗੱਲ ਸੁਣ ਲੈ ਸੱਜਣਾ, ਚੜ੍ਹਨੀ ਪੜੇਗੀ ਚੜ੍ਹਾਈ ਫਿਰ ਪੜੇਗਾ ਭੱਜਣਾ, ਪਿੱਛੇ ਚੱਲ ਕੇ ਬੈਠ ਜਾ, ਅਰੇ ਸੁਣ ਮੇਰੇ ਭਾਈ, 10 ਨੰਬਰ ਸੇ ਜਾ ਕੇ ਲੇ ਲੇ ਦਵਾਈ। ਫਿਰ ਕਾਲੀ ਵਰਦੀ ਵਾਲਿਆਂ ਦੇ ਚੜ੍ਹ ਗਿਆ ਅੜਿੱਕੇ, ਮੈਨੂੰ ਤੋਰੀ ਵਾਂਗੂ ਚੱਕ ਕੇ ਛੱਡ ਆਏ ਪਿੱਛੇ। ਮੈਂ ਰੋਣ ਹਾਕਾ ਜਿਹਾ ਹੋ ਕੇ ਵਾਪਸ ਨੂੰ ਮੁੜਿਆ, ਮੇਰੀ ਸ਼ਕਲ ਹੋ ਗਈ ਏਦਾਂ ਜੋ ਬਲਦ ਪੰਜਾਲੀ ਜੁੜਿਆ। ਰਸਤੇ ਦੇ ਵਿੱਚ ਮਿਲ ਪਿਆ ਸੁਖਦੇਵ ਦੀਵਾਨਾ, ਮੈਨੂੰ ਕਹਿੰਦਾ ਭਾਈ ਸਾਹਿਬ ਤੂੰ ਕਿੱਧਰ ਜਾਂਦਾ। ਮੈਂ ਆਖਣ ਲੱਗਿਆ ਬਾਈ ਜੀ ਜਾਣਾ ਸੀ ਅੰਦਰ, ਪਰ ਕੀ ਕਰਾਂ ਉਹ ਮੂਹਰੇ ਅੜਿਆ ਖੜਾ ਪਤੰਦਰ। ਬਾਈ ਕਹਿੰਦਾ ਇਉਂ ਕਰ, ਆਹ ਰਸਤੇ ਪੈ ਜਾ, ਸਾਹਮਣੇ ਖੜਾ ਹੈ ਕੈਂਟਰ, ਉਹਦੇ ਵਿੱਚ ਜਾ ਬਹਿ ਜਾ। ਮੈਂ ਛਾਲ ਮਾਰ ਕੇ ਕੈਂਟਰ ਦੇ ਪਿੱਛੋਂ ਦੀ ਚੜ੍ਹ ਗਿਆ, ਮੇਰੇ ਵਹਿੰਦਿਆਂ ਵਹਿੰਦਿਆਂ ਕੈਂਟਰ ਤੂੜੀ ਵਾਂਗੂ ਭਰ ਗਿਆ। ਮੈਂ ਕਾਲ ਚ ਪੀਤਾ ਪਾਣੀ ਨਾ, ਮਰ ਗਿਆ ਧਿਆਇਆ, ਜਦ ਕੈਂਟਰ ਉੱਥੋਂ ਚੱਲ ਪਿਆ ਮੈਂ ਸ਼ੁਕਰ ਮਨਾਇਆ। ਮੈਂ ਸੋਚੀ ਜਾਵਾਂ ਇਹ ਕੈਂਟਰ, ਜਲਦੀ ਪਹੁੰਚਾਊ, ਹੋਊ ਸ਼ਾਰਟਕੱਟ ਕੋਈ ਰਾਸਤਾ ਜੋ ਗੁਫਾ 'ਚ ਜਾਊ। ਜਦ 19 ਨੰਬਰ ਮੋਟਰ 'ਤੇ ਜਾ ਕੈਂਟਰ ਖੜ ਗਿਆ, ਮੇਰਾ ਥੱਲੇ ਦਾ ਸਾ ਥੱਲੇ ਉਤਲਾ ਉੱਪਰ ਚੜ੍ਹ ਗਿਆ। ਜੋ ਹੋਈ ਮੇਰੇ ਨਾਲ ਨਾ ਮੈਂ ਕਿਸੇ ਨੂੰ ਦੱਸਾਂ, ਮੈਂ ਸੋਚੀ ਜਾਵਾਂ ਕੀ ਕਰਾਂ, ਰੋਵਾਂ ਕੇ ਹੱਸਾਂ। ਜਦ ਸੰਗਤ ਸਾਰੀ ਉੱਤਰ ਕੇ ਸੇਵਾ ਵਿੱਚ ਲੱਗੀ, ਮੇਰੇ ਮਣੀ ਰਾਮ ਨੇ ਸੋਚਿਆ ਅੱਜ ਹੋ ਗਈ ਠੱਗੀ। ਮੈਂ ਮਨ ਨੂੰ ਆਖਿਆ ਹਲੇ ਵੀ ਛੱਡਦੇ ਅੜਬ, ਮੈਂ ਮਨ ਨੂੰ ਆਖਿਆ ਹਲੇ ਵੀ ਛੱਡਦੇ ਅੜਬਾਈਆਂ। ਉਨਕੋ ਪ੍ਰਸ਼ਾਦੀ ਆ ਜਾਏਗਾ ਜਿਸ